ਤੁਸੀਂ ਆਪਣੇ ਪੁੱਤਰਾਂ ਨੂੰ ਕਦੀ ਕੁਰਾਨ ਪੜ੍ਹਾਇਆ ਹੀ ਕੋਈ ਨਾ, ਨਾ ਸਵੇਰੇ ਤੁਸੀਂ ਬਹਿ ਕੇ ਮਸੀਤਾਂ ਜਾਂਦੇ ਹੋ, ਨਾ ਬਹਿ ਕੇ ਕੁਰਾਨ ਪੜ੍ਹਦੇ ਹੋ। ਤੁਹਾਡੇ ਘਰਾਂ ਦੇ ਕੁਰਾਨ ਵੀ ਤੁਸੀਂ ਛੁਪਾ ਕੇ ਅੰਦਰ ਰੱਖੇ ਹੋਏ ਅਤੇ ਐਡੇ ਵੱਡੀ ਵੱਡੀ ਟੀਵੀਆਂ ਦੀਆਂ ਸਕਰੀਨਾਂ ਹੈ, ਦੋ ਸਤੂਨਾਂ ਜਿਤਨੀਆਂ ਤੁਸੀਂ ਘਰ 'ਚ ਲਾਈਆਂ ਹਨ, ਕੀ ਆਪਣੀ ਨਸਲਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ? ਤੁਸੀਂ ਮੈਨੂੰ ਇਸ ਤਾਂ ਗੱਲ ਦਾ ਜਵਾਬ ਦਿਓ, ਆਉਣ ਵਾਲੀਆਂ ਨਸਲਾਂ ਨੂੰ ਤੁਸੀਂ ਕੀ ਦੇਣਾ ਚਾਹੁੰਦੇ ਹੋ? ਕੁਰਾਨ ਤੁਸੀਂ ਘਰਾਂ 'ਚ ਛੁਪਾਏ ਹੋਏ, ਤੁਸੀਂ ਕਦੀ ਆਪਣੇ ਪੁੱਤਰਾਂ ਨੂੰ ਦੱਸਿਆ ਹੀ ਨਹੀਂ, ਯਾਰ ਓਏ ਇਸ ਦੀਨ ਦੀ ਖਾਤਰ ਹਜ਼ੂਰ ਆਪਣੀ ਬਿਮਾਰ ਸਾਹਿਬਜ਼ਾਦੀ ਨੂੰ ਛੱਡ ਕੇ ਹਜ਼ਰਤ ਰੁਕਈਆ ਨੂੰ ਬਦਰ 'ਚ ਚਲੇ ਗਏ ਸਨ? ਇਹ ਗੱਲ ਦੱਸਾਂ ਜ਼ਰਾ, ਹਜ਼ੂਰ ਦੀ ਸਾਹਿਬਜ਼ਾਦੀ ਬਿਮਾਰ ਸਨ, ਹਜ਼ੂਰ ਨੂੰ ਪਤਾ ਸੀ ਮੈਂ ਆਪਣੀ ਸਾਹਿਬਜ਼ਾਦੀ ਦਾ ਜਨਾਜ਼ਾ ਵੀ ਨਹੀਂ ਪੜ੍ਹ ਸਕਣਾ ਅਤੇ ਕਬਰ 'ਚ ਵੀ ਨਹੀਂ ਉਤਾਰ ਸਕਣਾ, ਲੇਕਿਨ ਹਜ਼ੂਰ ਆਪਣੀ ਬਿਮਾਰ ਬੇਟੀ ਨੂੰ ਛੱਡ ਕੇ ਬਦਰ 'ਚ ਤਸ਼ਰੀਫ ਲੈ ਗਏ ਸਨ। ਅਤੇ ਹਜ਼ਰਤ ਜ਼ੈਦ ਬਿਨ ਹਾਰਿਸਾ ਕਹਿੰਦੇ ਨੇ, ਜਦੋਂ ਮੈਂ ਬਦਰ ਦੀ ਖੁਸ਼ਖਬਰੀ ਲੈ ਕੇ ਆਇਆ ਨਾ ਹਜ਼ੂਰ ਦੀ ਊਠਣੀ 'ਤੇ, ਅਤੇ ਮੈਂ ਦੂਰੋਂ ਵੇਖਿਆ ਕਿ ਜੰਨਤ ਉਲ ਬਕੀਜ ਬੰਦੇ ਖੜ੍ਹੇ ਨੇ, ਅਤੇ ਕਹਿੰਦੇ ਨੇ ਮੇਰਾ ਦਿਲ ਬੈਠ ਗਿਆ, ਹੋਵੇ ਨਾ ਹੋਵੇ ਹਜ਼ੂਰ ਦੀ ਸਾਹਿਬਜ਼ਾਦੀ ਨੂੰ ਦਫਨ ਕੀਤਾ ਜਾ ਰਿਹਾ। ਤੁਸੀਂ ਅਤੇ ਮੈਂ ਦੀਨ ਨਾਲ ਕੀ ਕਰ ਰਹੇ ਹਾਂ?